ਮੇਰੀ ਦੁਕਾਨ ਦਾ ਨਾਮ ਹੈ ਰਾਜੂ ਚੀਜ਼ ਕਾਰਨਰ ਫਗਵਾੜਾ ਗੇਟ ਭਾਅ ਜੀ 1205 ਜਲੰਧਰ ਵਿੱਚ ਅਸੀਂ ਰਹਿੰਦੇ ਹਾਂ ਜੀ ਭਾਈ 1975 ਦੀ ਹੈ ਸਾਡੀ ਦੁਕਾਨ ਜੀ ਛੋਲੇ ਭਟੂਰੇ ਦੀ ਜੀ ਅਤੇ ਅਸੀਂ ਰੇਹੜੀ ਤੋਂ ਸ਼ੁਰੂਆਤ ਕੀਤੀ ਸੀ ਜੀ ਹੌਲੀ ਹੌਲੀ ਜੀ ਜਨਤਾ ਦਾ ਪਿਆਰ ਮਿਲਦਾ ਗਿਆ ਅਤੇ ਅਸੀਂ ਅੱਜ ਇਸ ਮੁਕਾਮ 'ਤੇ ਪਹੁੰਚੇ ਹਾਂ ਭਾਈ ਮੇਰੇ ਕੋਲ ਚਨੇ ਭਟੂਰੇ ਚਾਵਲ ਚਨੇ ਕਚੋਰੀ ਲੱਸੀ ਸਮੋਸੇ ਬੜੇ ਪਨੀਰ ਇਹ ਸਭ ਕੁਝ ਮਿਲਦਾ ਜੀ ਚਨੇ ਦੇ ਨਾਲ ਭਾਅ ਜੀ ਅਸੀਂ ਚਨੇ ਭਟੂਰੇ ਦੀ ਰੈਸਪੀ ਕੀ ਦੱਸੀਏ ਮੇਨ ਹੈਗੇ ਆ ਸਾਡੇ ਘਰ ਦੇ ਮਸਾਲੇ ਜਿਹੜੇ ਮੇਰੇ ਦਾਦੀ ਮੰਮਾ ਅਤੇ ਮੰਮੀ ਰਾਤੀ ਪੀਸਦੇ ਆ 2 ਕੁ ਘੰਟੇ ਲੱਗਦੇ ਉਹਨਾਂ ਨੂੰ 8 ਤੋਂ 10 ਪ੍ਰੋਬੇਬਲੀ ਦੇ ਟਾਈਮ ਦੇ ਪੀਸ ਦਿੰਦੇ ਆ ਅਤੇ ਸਵੇਰੇ 4-5 ਵਜੇ ਸਾਡੀ ਦੁਕਾਨ ਸ਼ੁਰੂ ਹੋ ਜਾਂਦੀ ਹੈ ਜੀ 4-5 ਵਜੇ ਤੱਕ ਪਾਪਾ ਘਰੋਂ ਮਸਾਲੇ ਲੈ ਆਉਂਦੇ ਅਤੇ ਚਨੇ ਸਾਰੇ ਚਨੇ 'ਚ ਛੋਟੂ ਪਾ ਦਿੰਦੇ ਆ ਮੇਨ ਭਾਈ ਸਾਡਾ ਡਿਸ਼ ਮੇਨ ਡਿਸ਼ ਸਪੈਸ਼ਲਿਟੀ ਚਨੇ ਭਟੂਰੇ ਹੀ ਹੈ ਜੀ ਉਹੀ ਮਸਾਲਿਆਂ ਕਰਕੇ ਜੀ ਜਿਹੜਾ ਦਾਦੀ ਦਾਦੂ ਦਾ ਪਿਆਰ ਹੈ ਜੀ ਉਹੀ ਰਾਤੀ ਜਿਹੜਾ ਪਾਉਂਦੇ ਆ ਉਹ ਮੈਂ ਇਸ ਕੱਪ ਦੱਸ ਨਹੀਂ ਸਕਦਾ ਕਿਉਂਕਿ ਉਹ ਸੀਕਰਟ ਰੈਸਪੀ ਹੈ ਸਾਡੀ दुकान का नाम है VPR चेन्नई स्पेशल है हमारे पास पनीर डोसा मसाला डोसा ओनियन डोसा उपम इडली वड़ा प्लेन डोसा ये चावल का आटा सर ये अमूल बटर लग रहा है ये थोड़ा सा आलू है प्याज टमाटर मटर धनिया बटर वाला बना पनीर नहीं बटर वाला बटर भी डाल हाँ जी ये पनीर है भाई ये अमूल बटर है ਉਧਰ ਹੈ।
चावल का पेस्ट है। अमूल का बटर है सर, ये आलू है, प्याज, मटर, टमाटर, धनिया, इधर सारे स्पेशल है सर, सब पनीर डोसा, इडली, वड़ा, उपम सब स्पेशल है।